ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਜਥਿਆਂ ਅਤੇ ਕਥਾਵਾਚਕਾਂ ਵੱਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਵੱਖ ਵੱਖ ਥਾਵਾਂ ਤੋਂ ਆਈਆਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਨਤਮਸਤਕ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਸਿੱਖ ਪੰਥ ਦੇ ਮਹਾਨ ਬਾਨੀ, ਮਨੁੱਖਤਾ ਦੇ ਰਹਿਬਰ, ਸਮੁੱਚੀ ਮਨੁੱਖਤਾ ਨੂੰ ਗੁਰਸ਼ਬਦ ਦੀ ਸੇਧ ਦੇਣ ਵਾਲੇ ਧੰਨ ਧੰਨ ਸਾਹਿਬੇ ਕਮਾਲ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦਾ 550 ਪ੍ਰਕਾਸ਼ ਗੁਰਪੁਰਬ ਅੱਜ ਸਮੁੱਚੀ ਦੁਨੀਆ ਭਰ ਦੀ ਸੰਗਤ ਦੇਸ਼ ਵਿਦੇਸ਼ ਵਿੱਚ ਮਨਾ ਰਹੀ ਆ। ਜਿੱਥੇ ਵੱਡੇ ਸਮਾਗਮ ਸ਼੍ਰੀ ਕਰਤਾਰਪੁਰ ਜੀ ਦੀ ਧਰਤੀ 'ਤੇ ਹੋ ਰਹੇ ਆ, ਉੱਥੇ ਵੱਡੇ ਸਮਾਗਮ ਸਤਿਗੁਰਾਂ ਦੀ ਪਵਿੱਤਰ ਧਰਤੀ, ਜਿੱਥੋਂ ਸਤਿਗੁਰਾਂ ਨੇ ਗੁਰਸ਼ਬਦ ਦੀ ਸੋਝੀ ਦੇ ਕੇ ਮਨੁੱਖਤਾ ਨੂੰ ਮੂਲ ਮੰਤਰ ਦੀ ਬਖਸ਼ਿਸ਼ ਕੀਤੀ, ਸੁਲਤਾਨਪੁਰ ਲੋਧੀ ਦੀ ਧਰਤੀ, ਉੱਥੇ ਵੱਡੇ ਇਹ ਜਿਹੜੀ ਸ਼ਤਾਬਦੀ ਦੇ ਰੂਪ ਦੇ ਵਿੱਚ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ ਆ, ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਆ। ਅਤੇ ਅੱਜ ਦੇ ਇਹ ਹੁਸ਼ਿਆਰਪੁਰ ਦੀਆਂ ਸਮੁੱਚੀ ਜਥੇਬੰਦੀਆਂ ਨੇ ਇਕੱਤਰ ਹੋ ਕੇ ਗੁਰਦੁਆਰਾ ਸਿੰਘ ਸਭਾ ਵਿਖੇ ਇਹ 550 ਜਿਹੜਾ ਪ੍ਰਕਾਸ਼ ਉਤਸਵ ਸਤਿਗੁਰੂ ਜੀ ਦਾ ਮਨਾਉਣਾ ਕੀਤਾ, ਜਿਹਦੇ ਵਿੱਚ 9 ਤਰੀਕ ਨੂੰ ਇੱਕ ਬਹੁਤ ਵੱਡਾ ਮਹਾਨ ਕੀਰਤਨ ਨਗਰ ਕੀਰਤਨ ਦੇ ਰੂਪ ਵਿੱਚ ਸਮੁੱਚੀ ਸੰਗਤ ਨੇ ਬਹੁਤ ਵੱਡੀ ਸ਼ਮੂਲੀਅਤ ਕੀਤੀ। ਔਰ ਜਿਵੇਂ ਲੱਗਦਾ ਸੀ ਕਿ ਵਿਦੇਸ਼ ਤੋਂ ਯਾਤਰਾ ਆਈ ਹੋਵੇ, ਐਡੀ ਵੱਡੀ ਸ਼ਮੂਲੀਅਤ ਸੰਗਤਾਂ ਨੇ ਕੀਤੀ, ਸੰਗਤਾਂ ਦਾ ਜਿੱਥੇ ਬਹੁਤ ਧੰਨਵਾਦ ਆ ਉਸ ਦਿਨ ਦਾ। ਅੱਜ ਬਹੁਤ ਵੱਡੇ ਪੱਧਰ ਦੇ ਉੱਤੇ ਆਪਾਂ ਸਵੇਰ ਦੇ ਅੰਮ੍ਰਿਤ ਵੇਲੇ ਤੋਂ ਦੇਖ ਰਹੇ ਹਾਂ, ਵੱਖ ਵੱਖ ਜਥੇ ਜਿੱਥੇ ਸਵੇਰੇ ਨਿਤਨੇਮ ਸੇਵਾ ਸੁਸਾਇਟੀ ਅਖੰਡ ਕੀਰਤਨੀ ਜਥਾ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀ, ਸ਼੍ਰੀ ਗੁਰੂ ਨਾਨਕ ਖਾਲਸਾ ਸਕੂਲ ਸਾਡੇ
ਗੁਰਦੁਆਰਾ ਸਿੰਘ ਸਭਾ, ਇਸੇ ਤਰ੍ਹਾਂ ਬੀਬੀਆਂ ਦਾ ਮਾਤਾ ਗੁਜਰੀ ਸਤਸੰਗ ਸਭਾ, ਉਹਨਾਂ ਤੋਂ ਬਾਅਦ ਸਾਡਾ ਹਜ਼ੂਰੀ ਰਾਗੀ ਭਾਈ ਡਾਕਟਰ ਅਜੇਪਾਲ ਸਿੰਘ ਜੀ ਔਰ ਸਰਦਾਰ ਬਿਕਰਮਜੀਤ ਸਿੰਘ ਜੀ ਸਾਡੇ ਕਥਾਵਾਚਕ, ਅਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਵਰਨ ਸਿੰਘ ਜੀ, ਉਹ ਮਨੋਹਰ ਕੀਰਤਨ ਗਾਇਨ ਕਰ ਰਹੇ ਆ। ਸੋ ਅੱਜ ਅੰਮ੍ਰਿਤ ਵੇਲੇ ਤੋਂ ਦੇਖ ਰਹੇ ਹਾਂ ਵੀ ਜਿਵੇਂ ਸੰਗਤਾਂ ਉਮੜ ਕੇ ਕਤਾਰਾਂ ਦੇ ਵਿੱਚ ਮੱਥਾ ਟੇਕਣ ਲਈ ਖੜੀਆਂ, ਇਹ ਇਸ ਗੱਲ ਦੀ ਸ਼ਾਦੀ ਭਰਦੀਆਂ ਵੀ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ, ਗੁਰੂ ਨਾਨਕ ਦੇਵ ਪਾਤਸ਼ਾਹ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ, ਔਰ ਅਸੀਂ ਵੀ ਮਨਾ ਰਹੇ ਹਾਂ। ਜਿੱਥੇ ਹਿੰਦੂ ਭਾਈਚਾਰਾ ਵੀ ਇਹਦੇ ਵਿੱਚ ਸ਼ਮੂਲੀਅਤ ਕਰ ਰਿਹਾ, ਇਹਦੇ ਵਿੱਚ ਮੁਸਲਿਮ ਭਾਈਚਾਰਾ ਵੀ ਸ਼ਮੂਲੀਅਤ ਕਰ ਰਿਹਾ, ਇਹਦੇ ਵਿੱਚ ਹੋਰ ਸਾਰੀਆਂ ਕਾਇਨਾਤ ਵੀ ਜਿਹੜੀ ਆ ਉਹ ਵੀ ਸਤਿਗੁਰੂ ਜੀ ਦੇ ਗੁਰ ਸ਼ਬਦ ਤੋਂ ਪ੍ਰਭਾਵਿਤ ਹੋ ਕੇ, ਗੁਰਾਂ ਨੇ ਜਿੱਥੇ ਕੌੜੇ ਰੀਟੇ ਹੁੰਦੇ ਉਹਨਾਂ ਨੂੰ ਮਿੱਠੇ ਕੀਤਾ, ਪ੍ਰਕਿਰਤੀ ਨੂੰ ਵੀ ਸਤਿਗੁਰੂ ਜੀ ਨੇ ਗੁਰ ਸ਼ਬਦ ਰਾਹੀਂ ਇਹ ਵੱਡੀ ਦਾਤ ਬਖਸ਼ਿਸ਼ ਕੀਤੀ ਸੀ। ਸੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਇੱਥੇ ਵੱਡੇ ਪੱਧਰ 'ਤੇ ਸਮਾਗਮ ਮਨਾਇਆ ਗਿਆ, ਔਰ ਕਾਮਨਾ ਕਰਦਾ ਵੀ ਸਤਿਗੁਰੂ ਜੀ ਕਿਰਪਾ ਕਰਿਓ, ਜਿਹੜੀ ਗੁਰ ਸ਼ਬਦ ਦੀ ਸੋਝੀ ਤੁਸੀਂ ਬਖਸ਼ਿਸ਼ ਕਰਕੇ ਸਾਨੂੰ ਦਿੱਤੀ ਸੀ ਉਹ ਸਾਡੇ ਹਿਰਦਿਆਂ ਵਿੱਚ ਵੱਸ ਜਾਏ। ਜਿਉਂ ਲੋਹਾ ਤਰਿਓ ਸੰਗ ਕਾਸ਼ਟ, ਲਾਗ ਸ਼ਬਦ ਗੁਰੂ ਹਰ ਪਾਵੇਂਗੋ, ਗੁਰ ਸ਼ਬਦ ਦੀ ਸੋਝੀ ਲੈ ਕੇ ਫਿਰ ਮਨੁੱਖ ਜਿਹੜਾ ਆ ਗੁਰੂ ਵਿੱਚ ਲੀਨ ਹੋ ਜਾਂਦਾ। ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਅਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ, ਇਹ ਗੁਰ ਕੀ ਬਾਣੀ ਇਸ ਗੱਲ ਦੀ ਗਵਾਹੀ ਕਰਦੀ ਆ। ਸੋ ਮੈਂ ਜਿੱਥੇ ਸਮੁੱਚੀ ਸੰਗਤ ਨੂੰ ਹੁਸ਼ਿਆਰਪੁਰ ਦੀ ਨੂੰ ਔਰ ਸਮੁੱਚੀ ਪੰਜਾਬ ਦੀ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਉੱਥੇ ਕਾਮਨਾ ਵੀ ਕਰਦਾ ਕਿ ਮਨਾ ਕੇ ਨਾ ਛੱਡੀਏ, ਕੁਛ ਵਸਾ ਕੇ ਵੀ ਛੱਡੀਏ। ਕੀ ਵਸਾਉਣਾ? ਗੁਰ ਸ਼ਬਦ ਦਾ ਉਹ ਪਵਿੱਤਰ ਰੂਪ ਜਿਹੜਾ ਸਤਿਗੁਰੂ ਜੀ ਨੇ ਇੱਕ ਓਂਕਾਰ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਸੀ। ਸਮੁੱਚੀ ਮਨੁੱਖਤਾ ਇੱਕ ਓਂਕਾਰ ਦੀ ਲੜੀ ਵਿੱਚ ਪਰੋਈ ਜਾਵੇ, ਫਿਰ ਸੁੱਖ ਸ਼ਾਂਤੀ ਸਰੀਵ ਕਾਲ ਇਸ ਧਰਤੀ ਦੇ ਉੱਤੇ, ਅਤੇ ਸਾਨੂੰ ਜਿੱਥੇ ਲੋਕ ਸੁਖੀ ਪਰਲੋਕ ਸਹੇਲੇ, ਇੱਥੇ ਵੀ ਸੁੱਖ ਅਤੇ ਪਰਲੋਕ ਵਿੱਚ ਵੀ ਸੁੱਖ ਸਤਿਗੁਰੂ ਜੀ ਦੇ ਇਹਨਾਂ ਮਿੱਠੇ ਬੋਲਾਂ ਨਾਲ ਮਿਲਣਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।